बीते दिन किसान जथेबंदियों वालों खेती कानूनों विरुद्ध देश भर च दिए गए चक्का जाम के सदे से हुशियारपुर के हलका मुकेरिया विखे हरसा मानसर टोल प्लाजे से पिछले लंबे समय तो संघर्ष से जटिया वक् वक् किसान जथेबंदियों वालों वड्डी गिणती च एकत्र होकर हाईवे से जाम लगाया गया। इस मौके किसानों वालों मोदी सरकार विरुद्ध जोरदार नारेबाजी करदिया होया कहा गया कि जेकर केंद्र ने अपना ढीठताई वाला रवैया ना बदलिया तो आने वाले समय च किसानों वालों संघर्ष को होर तेज़ करदिया होया मोदी सरकार दीआं जड़ां हिलाईआं जाणगीआं। इस मौके किसानों ने कहा कि वह मोदी सरकार के किसी भी फुरमान तो डरन वाले नहीं ने ते वो अपनी जान की परवाह किए बिना लगातार संघर्ष से डटे रहेंगे। मुकेरिया तो हुशियारपुर ने उसके नाल दिलबाग सिंह गुराया ते रविंदर सिंह खालसा की रिपोर्ट। देखो जिहड़ा मोदी सरकार जिहड़े तीन आर्डिनेंस जिहड़े आ किसानी के खिलाफ लै गई आ उहदा बहुत ज़्यादा जिहड़ा वा किसानों के विच गुस्सा वा। उस लड़ी के तहत 5 तरीक नूं भारत दीआं सारीआं जथेबंदियां ने जिहड़ा भारत बंद का सदा दिता सीगा 12 बजे तो लैके 4 बजे तक का, वो साढ़े किसान भीर अज जिहड़े इत्थे प्रोटेस्ट कर रहे ने भंगाला मानसर टोल प्लाजे से जो 25वां दिन अज सानूं लगातार इत्थे हो गया बैठिया नूं। उस संबंध में सारी जिनी साडी समुची टीम आ सारीआं जथेबंदियां जिहड़ियां ने इत्थे आईआं ने ਤਾਂ ਕਿ ਅਸੀਂ ਆਪਣਾ ਜਿਹੜਾ ਰੋਸ ਆ ਉਹ ਮੋਦੀ ਸਰਕਾਰ ਵਾਲੀ ਪ੍ਰਗਟ ਕਰ ਸਕੀਏ ਅਤੇ ਇਹਨਾਂ ਨੂੰ ਦੱਸ ਸਕੀਏ ਵੀ ਇਹ ਕੋਈ ਸਿਆਸੀ ਧਰਨੇ ਨੀਗੇ, ਇਹ ਸਿਰਫ ਕਿਸਾਨਾਂ ਦੇ ਧਰਨੇ ਆ ਅਤੇ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਜਿਹੜੀ ਆ ਉਹ ਮੋਦੀ ਸਰਕਾਰ ਰਾਜੀ ਨਹੀਂ। ਅਸੀਂ ਜਿੰਨਾ ਚਿਰ ਸਾਡੇ ਆਰਡੀਨੈਂਸ ਕੈਂਸਲ ਨਹੀਂ ਹੁੰਦੇ ਜੋ ਵੀ ਸਾਨੂੰ ਸਾਰੀਆਂ ਭਾਰਤ ਦੀਆਂ ਜਥੇਬੰਦੀਆਂ ਦਾ ਜੋ ਸੰਦੇਸ਼ ਆਊਗਾ ਅਸੀਂ ਉਸ ਨੂੰ ਇਹਨ ਬੇਨ ਇੱਥੇ ਲਾਗੂ ਕਰਾਂਗੇ ਅਤੇ ਜਿੰਨਾ ਚਿਰ ਆਰਡੀਨੈਂਸ ਕੈਂਸਲ ਨਹੀਂ ਹੁੰਦੇ ਉਹਨਾਂ ਚਿਰ ਜਿਹੜੀਆਂ ਇਹ ਸਾਡੀਆਂ ਸਾਰੀਆਂ ਸੰਘਰਸ਼ ਜਥੇਬੰਦੀਆਂ ਨੇ ਉਹ ਇਦਾਂ ਲੜਦੀਆਂ ਰਹਿਣਗੀਆਂ ਜਿਹਨਾਂ ਸਾਡੇ ਜਿਹੜੇ ਆਰਡੀਨੈਂਸ ਕੈਂਸਲ ਨਹੀਂ ਹੁੰਦੇ। ਜਿਹੜਾ ਸਾਨੂੰ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਸੰਘਰਸ਼ ਦੇ ਦੌਰਾਨ ਕਿਸਾਨਾਂ ਨੂੰ ਬੁਲਾਵਾ ਦਿੱਤਾ ਉਹ ਕੋਈ ਬਹੁਤਾ ਹੁੰਗਾਰਾ ਜਿਹੜਾ ਸਰਕਾਰ ਦਾ ਹਾਂ ਪੱਖੀ ਨਹੀਂ ਸੀਗਾ, ਕਿਉਂਕਿ ਸਰਕਾਰ ਨੇ ਜੋ ਬਿੱਲ ਜਿਹੜੇ ਕਾਨੂੰਨ ਪੈਦਾ ਪਾਸ ਕੀਤੇ ਲੋਕਾਂ ਦੇ ਖਿਲਾਫ਼ ਜਾਂ ਜਿਹੜੇ ਪੂਰੇ ਹਿੰਦੁਸਤਾਨ ਨੂੰ ਪ੍ਰਭਾਵਿਤ ਕਰਦੇ ਹੈ ਉਸ ਤਰ੍ਹਾਂ ਦੇ ਤਰੀਕੇ ਦੇ ਨਾਲ ਸਰਕਾਰ ਨੇ ਗੱਲਬਾਤ ਨਹੀਂ ਕਰਨੀ ਚਾਹੀ। ਸਰਕਾਰ ਨੇ ਉਸ ਤੋਂ ਅਗਲੇਰਾ ਹਿੱਸਾ ਜਿਹੜਾ ਉਹ ਕਾਨੂੰਨਾਂ ਨੂੰ ਜਿਹੜਾ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀਆਂ ਕਿ ਕਿਸਾਨਾਂ ਦੇ ਨਾਲ ਅਤੇ ਹਿੰਦੁਸਤਾਨ ਦੇ ਪੂਰੇ ਲੋਕਾਂ ਦੇ ਨਾਲ ਕੋਈ ਨਿਆਂ ਨਹੀਂ ਹੈ, ਕਿਉਂਕਿ ਇਹ ਜਿਹੜੇ ਕਾਨੂੰਨ ਹੈ ਇਹ ਕਿਸੇ ਵਿਚਾਰ ਅਧੀਨ ਨਹੀਂ ਬਣੇ, ਕਿਉਂਕਿ ਸਰਕਾਰਾਂ ਜਿਹੜੀਆਂ ਮੌਕੇ ਦੀਆਂ ਉਹ ਇਹ ਗੱਲ ਕਹਿ ਰਹੀਆਂ ਕਿ ਇਹ ਜਿਹੜੇ ਧਰਨੇ ਨੇ ਇਹ ਸਿਰਫ ਰਾਜਨੀਤਿਕ ਲੋਕਾਂ ਦੇ ਨੇ। ਇਹ ਗੱਲ ਬਿਲਕੁਲ ਜਿਹੜੀ ਬੇਬੁਨਿਆਦ ਹੈ ਸਰਕਾਰ ਦੀ ਕਿ ਇਹ ਜਿਹੜੇ ਧਰਨੇ ਆ ਇਹ ਪੋਲੀਟੀਕਲ ਪਾਰਟੀਆਂ ਦੇ ਨੇ, ਕਿਉਂਕਿ ਇਹ ਸਾਰੇ ਦੇ ਸਾਰੇ ਧਰਨੇ ਜਿਹੜੇ ਉਹ ਕਿਸਾਨਾਂ ਦੇ ਨੇ ਅਤੇ ਜਿਹੜੇ ਰਾਜਨੀਤਿਕ ਬੰਦੇ ਵਿੱਚ ਨੇ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਤਾਂ ਕਿਸੇ ਨਾ ਕਿਸੇ ਕਿਸਾਨ ਤਰ੍ਹਾਂ ਨਾਲ ਕਿਸਾਨੀ ਨਾਲ ਜੁੜੇ ਹੋਏ ਨੇ। ਇਸ ਗੱਲ ਕਰਕੇ ਸਰਕਾਰ ਦੀਆਂ ਜਿਹੜੀਆਂ ਇਹ ਗੱਲਾਂ ਉਹ ਬੇਬੁਨਿਆਦ ਨੇ ਅਤੇ ਸਰਕਾਰ ਨੇ ਕੋਈ ਵੀ ਕੋਸ਼ਿਸ਼ ਇਹੋ ਜਿਹੀ ਨਹੀਂ ਕੀਤੀ ਕਿ ਕਿਸਾਨਾਂ ਦੇ ਨਾਲ ਹਾਂ ਪੱਕੀ ਰਵੱਈਏ ਦੇ ਨਾਲ ਕੋਈ ਗੱਲ ਜਿਹੜੀ ਉਹ ਕੀਤੀ ਜਾਵੇ। ਸਰਕਾਰ ਹਮੇਸ਼ਾ ਦੇ ਹਮੇਸ਼ਾ ਇਸ ਤੋਂ ਮੁਨਕਰ ਹੋ ਜਾ ਰਹੀ ਹੈ ਤਾਂ ਆਪਣੇ ਨੁਮਾਇੰਦਿਆਂ ਦੇ ਰਾਹੀਂ ਇਹ ਜਿਹੜੀਆਂ ਇਹਨਾਂ ਨੇ ਕਾਨੂੰਨ ਜਿਹੜੀਆਂ ਧਰਾਵਾਂ ਲੈ ਕੇ ਆਏ ਨੇ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਇਹ ਜਿਹੜੇ ਬਿੱਲ ਜਿਹੜੇ ਆ ਉਹ ਸਰਕਾਰ ਨੇ ਵਾਪਸ ਨਾ ਲਏ, ਗੱਲਬਾਤ ਦਾ ਤਰੀਕਾ ਜਿਹੜਾ ਨਾ ਬਦਲਿਆ, ਤਾਂ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਮੂਹਰੇ ਹੋ ਕੇ ਲੜ ਰਹੀਆਂ ਜੋ ਵੀ ਸਾਡੇ ਉੱਪਰਲੇ ਜਿਹੜੇ ਨੁਮਾਇੰਦੇ ਨੇ ਉਹ ਹੁਕਮ ਕਰਨਗੇ ਉਸੇ ਤਰੀਕੇ ਦੇ ਨਾਲ ਜਿਹੜਾ ਇਹ ਸੰਘਰਸ਼ ਹੈ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਰਹੇਗਾ। ਸਰਕਾਰ ਕੋਝੀਆਂ ਚਾਲਾਂ ਚੱਲ ਕੇ ਇਹ ਸੰਘਰਸ਼ ਜਿਹੜੇ ਆ ਇਹਨਾਂ ਦੀ ਰੂਪ ਰੇਖਾ ਬਦਲ ਸਕਦੀ ਹੈ, ਪਰ ਕਿਸਾਨਾਂ ਵੱਲੋਂ ਤਾਂ ਇਹ ਲੋਕਾਂ ਵੱਲੋਂ ਕੋਈ ਵੀ ਇਹੋ ਜਿਹਾ ਕੋਈ ਟੀਚਾ ਨਹੀਂ ਕਿ ਇਹ ਜਿਹੜੇ ਸੰਘਰਸ਼ ਹੈ ਇਹਨਾਂ ਨੂੰ ਅਸੀਂ ਕਿਸੇ ਦੂਜੇ ਤਰੀਕੇ ਦੇ ਨਾਲ ਜਾਂ ਹਿੰਸਕ ਹਿੰਸਾਤਮਕ ਰੂਪ ਦੇ ਵਿੱਚ ਜਿਹੜਾ ਅਸੀਂ ਇਹਦਾ ਵਿਰੋਧ ਕਰੀਏ। ਕਿਸਾਨ ਹਾਲੇ ਤੱਕ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ, ਲੋਕ ਸ਼ਾਂਤਮਈ ਢੰਗ ਦੇ ਨਾਲ ਸੜਕਾਂ 'ਤੇ ਬੈਠੇ ਨੇ ਅਤੇ ਇਹ ਜਿਹੜੇ ਕਾਨੂੰਨ ਹੈ ਉਹਨਾਂ ਦਾ ਵਿਰੋਧ ਕਰ ਰਹੇ ਨੇ।